ਸ੍ਰੀ ਅਕਾਲ ਦੋਸਤੋ, ਸਾਡੇ YouTube ਚੈਨਲ ਟੌਪ 10 ਬੈਸਟ ਲਿਸਟ ਐਵਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਜਿਨ੍ਹਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸੁਪਰਹਿੱਟ ਸੌਂਗ ਦਿੱਤੇ, ਜਿਵੇਂ ਕਿ ਮਹਿੰਗਾ ਮਾਰਕਾ, ਲੈਂਸਰ, ਬੱਤੀ ਬੋਰ, ਲੱਕੜੀ ਦਾ ਫੋੜ ਅਤੇ ਹੋਰ ਬਹੁਤ ਸਾਰੇ ਸੌਂਗ ਦਿੱਤੇ। ਜੀ ਹਾਂ, ਹਾਂਜੀ, ਆਪਾਂ ਗੱਲ ਕਰਨ ਜਾ ਰਹੇ ਹਾਂ ਨਰਿੰਦਰ ਬਾੜ ਜੀ ਬਾਰੇ। ਇਸ ਤੋਂ ਪਹਿਲਾਂ ਦੋਸਤੋ, ਜੇ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਥੱਲੇ ਰੈੱਡ ਜੇ ਸਬਸਕ੍ਰਾਈਬ ਦੇ ਬਟਨ 'ਤੇ ਜਾ ਕੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ। ਆਓ ਹੁਣ ਆਪਾਂ ਗੱਲ ਕਰਦੇ ਹਾਂ ਨਰਿੰਦਰ ਬਾੜ ਜੀ ਬਾਰੇ। ਨਰਿੰਦਰ ਬਾੜ ਜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸੋਹਣੇ ਸੌਂਗ ਦਿੱਤੇ, ਜਿਨ੍ਹਾਂ ਨੂੰ ਗਾ ਕੇ ਕਾਫੀ ਸਿੰਗਰ ਵਰਲਡਵਾਈਡ ਲੈਵਲ 'ਤੇ ਬਹੁਤ ਜ਼ਿਆਦਾ ਫੇਮਸ ਹੋਏ। ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਲਿਖਣ ਦੀ ਸ਼ੁਰੂਆਤ ਕਿਵੇਂ ਕੀਤੀ। ਜਦੋਂ ਉਹ 10th ਕਲਾਸ ਵਿੱਚ ਹੁੰਦੇ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਦੇਬੀ ਮਖਸੂਸਪੁਰੀ ਦਾ ਲਿਖਿਆ ਹੋਇਆ ਸੌਂਗ ਅਤੇ ਮਨਮੋਹਨ ਵਾਰਸੀ ਦਾ ਗਾਇਆ ਹੋਇਆ ਸੌਂਗ, ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ ਪਰ ਉਹਨਾਂ ਸ਼ੀਸ਼ਿਆਂ ਵਿੱਚ ਹੁਣ ਕੋਈ ਹੋਰ ਦੇਖਦਾ ਹੈ, ਇਹ ਸੌਂਗ ਸੁਣਿਆ। ਇਹ ਸੌਂਗ ਸੁਣ ਕੇ ਕਾਫੀ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਮਨ ਵਿੱਚ ਆਇਆ ਮੈਂ ਵੀ ਇੱਦਾਂ ਦਾ ਕੁਛ ਕਰੂੰਗਾ ਅਤੇ ਮੈਂ ਵੀ ਇੱਦਾਂ ਦਾ ਕੁਛ ਕਰ ਸਕਦਾ ਹਾਂ। ਇੱਦਾਂ ਹੀ ਉਹਨਾਂ ਦਾ ਸੌਂਗ ਲਿਖਣ ਦਾ ਇੰਟਰਸਟ ਬਣਿਆ। ਨਰਿੰਦਰ ਬਾੜ ਜੀ ਦਾ ਪਹਿਲਾ ਸੌਂਗ ਪ੍ਰੇਮ ਕਹਾਣੀ ਹੈਰੀ ਮਿਰਜ਼ਾ ਜੀ ਨੇ ਕੀਤਾ। ਇਸ ਤੋਂ ਬਾਅਦ ਨਰਿੰਦਰ ਬਾੜ ਜੀ ਦੀ ਮੁਲਾਕਾਤ ਜੱਸੀ ਗਿੱਲ ਜੀ ਨਾਲ ਹੋਈ ਅਤੇ ਜੱਸੀ ਗਿੱਲ ਜੀ ਨੇ ਨਰਿੰਦਰ ਬਾੜ ਜੀ ਦਾ ਲਿਖਿਆ ਹੋਇਆ ਸੌਂਗ ਲੈਂਸਰ ਕੀਤਾ, ਜਿਸ ਨਾਲ ਉਹਨਾਂ ਦੀ ਇੱਕ ਅਲੱਗ ਪਹਿਚਾਣ ਬਣੀ। ਲੈਂਸਰ ਸੌਂਗ ਤੋਂ ਬਾਅਦ ਉਹਨਾਂ ਦੀ ਲਾਈਫ ਵਿੱਚ ਕਾਫੀ ਚੇਂਜਸ ਆਏ। ਲੈਂਸਰ ਸੌਂਗ ਤੋਂ ਪਹਿਲਾਂ ਨਰਿੰਦਰ ਬਾੜ ਜੀ ਦਾ ਕਹਿਣਾ ਹੈ ਕਿ ਲਿਖਣਾ ਉਹਨਾਂ ਦਾ ਇੱਕ ਸ਼ੌਂਕ ਹੀ ਸੀ, ਪਰ ਲੈਂਸਰ ਸੌਂਗ ਤੋਂ ਬਾਅਦ ਉਹਨਾਂ ਲਈ ਇਹ ਇੱਕ ਪ੍ਰੋਫੈਸ਼ਨ ਬਣ ਗਿਆ। ਲੈਂਸਰ ਸੌਂਗ ਸੁਪਰ ਹਿੱਟ ਹੋਣ ਕਰਕੇ ਕਾਫੀ ਕੁਛ ਉਹਨਾਂ ਲਈ ਈਜ਼ੀ ਹੋ ਗਿਆ। ਨਰਿੰਦਰ ਬਾੜ ਜੀ ਦੀ ਫੈਮਿਲੀ ਵਿੱਚ ਉਹਨਾਂ ਦੇ ਰੀਅਲ ਬ੍ਰਦਰ ਨਿਰਵਾਣ ਬਾੜ ਜੀ ਨੂੰ ਵੀ ਲਿਖਣ ਦਾ ਬਹੁਤ ਸ਼ੌਂਕ ਸੀ। ਪਹਿਲਾਂ ਹੀ ਹੈਰੀ ਮਿਰਜ਼ਾ ਜੀ ਨੇ ਨਿਰਵਾਣ ਬਾੜ ਜੀ ਦਾ ਲਿਖਿਆ ਹੋਇਆ ਸੌਂਗ ਜੱਟ ਜੁਗਾੜੀ ਕੀਤਾ, ਜੋ ਕਿ ਕਾਫੀ ਸੁਪਰ ਹਿੱਟ ਹੋਇਆ। ਇਸ ਤਰ੍ਹਾਂ ਨਰਿੰਦਰ ਬਾੜ ਜੀ ਨੂੰ ਆਪਣੀ ਫੈਮਿਲੀ ਵਿੱਚ ਕਾਫੀ ਕੁਛ ਸਿੱਖਣ ਨੂੰ ਮਿਲਿਆ। ਨਰਿੰਦਰ ਬਾੜ ਜੀ ਦਾ ਕਹਿਣਾ ਹੈ ਕਿ ਉਹ ਸੌਂਗ ਲਿਖਣ ਨੂੰ ਜ਼ਿਆਦਾ ਟਾਈਮ ਨਹੀਂ ਲਾਉਂਦੇ, ਗੱਡੀ ਵਿੱਚ ਜਾਂਦਿਆਂ ਮੋਟਰ 'ਤੇ ਬੈਠਿਆਂ ਉਹ ਸੌਂਗ ਲਿਖ ਦਿੰਦੇ ਹਨ। ਉਹ ਸੌਂਗ ਹੱਡ ਬੀਤੀ 'ਤੇ ਜਾਂ ਜੱਗ ਬੀਤੀ 'ਤੇ ਲਿਖਦੇ ਹਨ। ਜੇ ਆਪਾਂ ਨਰਿੰਦਰ ਬਾੜ ਜੀ ਦੇ ਸੌਂਗਸ ਬਾਰੇ ਗੱਲ ਕਰੀਏ ਤਾਂ ਕਾਫੀ ਸਿੰਗਰਸ ਨੇ ਉਹਨਾਂ ਦੇ ਸੌਂਗ ਕੀਤੇ, ਜਿਵੇਂ ਕਿ ਰੋਸ਼ਨ ਪ੍ਰਿੰਸ ਜੀ ਨੇ ਕੀਤਾ ਲੱਕੜੀ ਦਾ ਫੋੜ ਕੀਤਾ, ਜੈਲਦਾਰ ਜੀ ਨੇ ਕੀਤਾ ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ ਡਿਗਰੀ ਨਹੀਂ ਕਰਦੀ, ਕੁਲਬੀਰ ਝਿੰਜਰ ਜੀ ਨੇ ਗੁੱਤ ਮੁੱਛ ਅਤੇ ਜੱਸੀ ਗਿੱਲ ਜੀ ਨੇ ਲੈਂਸਰ, ਅਤੇ ਥੋੜ੍ਹਾ ਟਾਈਮ ਪਹਿਲਾਂ ਹੀ ਜਸ ਬਾਜਵਾ ਜੀ ਦਾ ਸੌਂਗ ਆਇਆ ਸਤਰੰਗੀ ਤਿੱਤਲੀ, ਅਤੇ ਯਾਰਾਂ ਦਾ ਗਰੁੱਪ ਦਿਲਪ੍ਰੀਤ ਢਿੱਲੋਂ ਜੀ ਨੇ ਕੀਤਾ। ਹੋਰ ਕਾਫੀ ਸੁਪਰ ਹਿੱਟ ਸੌਂਗ ਇਹਨਾਂ ਨੇ ਕੀਤੇ। ਸੌਂਗਸ ਤੋਂ ਇਲਾਵਾ ਨਰਿੰਦਰ ਬਾੜ ਜੀ ਖੇਤੀਬਾੜੀ ਕਰਦੇ ਹਨ, ਅਤੇ ਜੇ ਆਪਾਂ ਬਾਈ ਦੇ ਸ਼ੌਂਕਸ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਸ਼ੌਂਕ ਹੈ ਮੂਵੀਜ਼ ਦੇਖਣਾ ਜਾਂ ਪੰਛੀਆਂ ਨੂੰ ਚੋਗਾ ਪਾਉਣਾ। ਨਰਿੰਦਰ ਬਾੜ ਜੀ ਇੱਕ ਸੌਂਗ ਦੇਣ ਦੇ 1.5 ਲੱਖ ਰੁਪਈਆ ਲੈਂਦੇ ਹਨ। ਜੇ ਆਪਾਂ ਇਹਨਾਂ ਕੋਲੋਂ ਸੌਂਗ ਲੈਣਾ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮਿਲਣਾ ਪੈਂਦਾ ਹੈ। ਇਹਨਾਂ ਕੋਲ ਕਾਫੀ ਸੌਂਗ ਲਿਖੇ ਹੁੰਦੇ ਹਨ, ਜੇ ਤੁਹਾਨੂੰ ਸੌਂਗ ਪਸੰਦ ਆਉਂਦਾ ਹੈ ਤਾਂ ਤੁਸੀਂ ਸੌਂਗ ਲੈ ਸਕਦੇ ਹੋ। ਜੇ ਤੁਸੀਂ ਇਹਨਾਂ ਕੋਲ ਆਪਣੀ ਪਸੰਦ ਦਾ ਸੌਂਗ ਲਿਖਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਟੌਪਿਕ ਦੱਸ ਕੇ 4 ਤੋਂ 5 ਦਿਨਾਂ ਦੇ ਵਿੱਚ ਤੁਸੀਂ ਇਹਨਾਂ ਕੋਲੋਂ ਸੌਂਗ ਲੈ ਸਕਦੇ ਹੋ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਜ਼ਰੂਰ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ। ਜੇ ਕੋਈ ਤੁਹਾਡਾ ਸਵਾਲ ਜਾਂ ਕੋਈ ਤੁਹਾਡਾ ਸੁਝਾਅ ਹੋਵੇ ਤਾਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ। ਥੈਂਕਸ ਫੋਰ ਵਾਚਿੰਗ, ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।